ਹੈਲੋ एवरीवन ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰੰਟ ਅਫੇਅਰਸ ਦਾ ਸੈੱਟ 2 ਕਵਰ ਕਰਾਂਗੇ ਠੀਕ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਸੈੱਟ 1 ਆਪਾਂ ਪਿਛਲੀ ਵੀਡੀਓ ਦੇ ਵਿੱਚ ਕਵਰ ਕਰਿਆ ਹੈ ਜਿਨ੍ਹਾਂ ਨੇ ਨਹੀਂ ਦੇਖੀ ਉਹ ਜਾ ਕੇ ਪਲੇਲਿਸਟ ਜਰੂਰ ਸੈੱਟ 1 ਦੇਖੋ ਠੀਕ ਹੈ ਸਾਰੇ ਹੀ ਕੁਸ਼ਨ ਇੰਪੋਰਟੈਂਟ ਨੇ ਫਰਵਰੀ ਤੋਂ ਲੈ ਕੇ ਜੁਲਾਈ ਤੱਕ ਦੇ ਆਪਾਂ ਕਰੰਟ ਅਫੇਅਰ ਕਵਰ ਕਰ ਰਹੇ ਹਾਂ ਸਾਰੇ ਹੀ ਕੁਐਸਚਨ ਇੰਪੋਰਟੈਂਟ ਹੈ ਇਸ ਕਰਕੇ ਚੈਨਲ ਨੂੰ ਜੇਕਰ ਤੁਸੀਂ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰੋ ਠੀਕ ਹੈ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜਿੰਨੇ ਵੀ ਕੁਐਸਚਨ ਕਰਾਏ ਜਾਂਦੇ ਨੇ ਸਾਰੇ ਹੀ ਕੁਐਸਚਨ ਇੰਪੋਰਟੈਂਟ ਨੇ ਠੀਕ ਹੈ ਤਾਂ ਦੇਖਦੇ ਆਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ 30 ਕੁਐਸਚਨ ਕਵਰ ਕਰੇ ਸੀ ਅੱਜ ਆਪਾਂ 31 ਤੋਂ ਸਟਾਰਟ ਕਰ ਰਹੇ ਹਾਂ ਠੀਕ ਹੈ ਕੁਐਸਚਨ ਨੰਬਰ 31 ਹੈ ਕਿਹੜੇ ਰਾਜ ਨੇ ਅੰਤਰਰਾਸ਼ਟਰੀ ਸਰਸਵਤੀ ਤਿਉਹਾਰ 2021 ਦਾ ਆਯੋਜਨ ਕੀਤਾ ਹੈ ਇੰਟਰਨੈਸ਼ਨਲ ਸਰਸਵਤੀ ਤਿਉਹਾਰ 2021 ਦਾ ਆਯੋਜਨ ਕਿਹੜੇ ਸਟੇਟ ਨੇ ਕੀਤਾ ਹੈ ਉਹ ਪੁੱਛਿਆ ਗਿਆ ਹੈ ਠੀਕ ਹੈ ਤਾਂ ਉਹ ਕੀਤਾ ਹੈ ਜੀ ਹਰਿਆਣਾ ਨੇ ਕਦੋਂ ਕੀਤਾ ਹੈ ਜੀ ਗੱਲ ਕਰੇ ਤਾਂ ਇਹ ਕੀਤਾ ਹੈ ਜੀ 16 ਫਰਵਰੀ ਨੂੰ ਠੀਕ ਹੈ 16 ਫਰਵਰੀ ਨੂੰ ਹਰਿਆਣਾ ਨੇ ਅੰਤਰਰਾਸ਼ਟਰੀ ਸਰਸਵਤੀ ਤਿਉਹਾਰ ਦਾ ਆਯੋਜਨ ਕੀਤਾ ਹੈ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 32 ਉੱਤਰ ਪ੍ਰਦੇਸ਼ ਦਾ ਪਹਿਲਾ ਟਰਾਂਸਜੈਂਡਰ ਪਬਲਿਕ ਟਾਇਲਟ ਕਿੱਥੇ ਬਣਾਇਆ ਗਿਆ ਫਰਸਟ 트랜ਸਜੈਂਡਰ ਪਬਲਿਕ ਟਾਇਲਟ ਉਹ ਵੀ ਉੱਤਰ ਪ੍ਰਦੇਸ਼ ਦਾ ਪੁੱਛ ਰਹੇ ਨੇ ਹੋ ਠੀਕ ਹੈ ਤਾਂ ਇਹ ਬਣਾਇਆ ਗਿਆ ਜੀ ਵਾਰਾਨਸੀ ਵਿਖੇ ਠੀਕ ਹੈ ਵਾਰਾਨਸੀ ਯੂਪੀ ਦਾ ਇੱਕ ਡਿਸਟ੍ਰਿਕਟ ਹੈ ਜਿੱਥੇ ਕਿ ਪਹਿਲਾ 트랜ਸਜੈਂਡਰ ਪਬਲਿਕ ਟਾਇਲਟ ਬਣਾਇਆ ਗਿਆ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 33 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਬਾਹੂ ਬ੍ਰਹਮਪੁੱਤਰ ਦੀ ਪਹਿਲ ਕਿੱਥੇ ਕੀਤੀ ਹੈ ਸਭ ਤੋਂ ਪਹਿਲਾ ਕੁਐਸਚਨ ਬਣਦਾ ਹੈ ਕਿ ਮਹਾਬਾਹੂ ਬ੍ਰਹਮਪੁੱਤਰ ਹੈ ਕਿ ਇਹ ਦੇਖੋ ਜੀ ਇਹ ਇੱਕ ਬੁੱਕ ਹੈ ਠੀਕ ਹੈ ਮਹਾਬਾਹੂ ਬ੍ਰਹਮਪੁੱਤਰ ਬੁੱਕ ਦਾ ਨੇਮ ਹੈ ਇਹ ਲਿਖੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਠੀਕ ਹੈ ਇਹ ਬੁੱਕ ਲਿਖੀ ਗਈ ਹੈ ਨਰਿੰਦਰ ਮੋਦੀ ਜੀ ਦੁਆਰਾ ਤਾਂ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਇਹਦੀ ਪਹਿਲ ਕਿੱਥੇ ਕੀਤੀ ਹੈ ਠੀਕ ਹੈ ਕਿ ਨਰਿੰਦਰ ਮੋਦੀ ਨੇ ਇਹਨਾਂ ਨੂੰ ਲਾਂਚ ਕਿੱਥੇ ਕੀਤਾ ਹੈ ਤਾਂ ਇਹ ਕੀਤਾ ਹੈ ਜੀ ਅਸਾਮ ਵਿਖੇ ਠੀਕ ਹੈ ਉਹਨਾਂ ਦੀ ਇੱਕ ਬੁੱਕ ਹੈ ਮਹਾਬਾਹੂ ਬ੍ਰਹਮਪੁੱਤਰ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਵੀ ਜਾ ਸਕਦਾ ਹੈ ਬੁੱਕ ਦਾ ਨੇਮ ਦੇ ਕੇ ਕਿ ਕਿੰਨਾ ਦੁਆਰਾ ਲਿਖੀ ਹੈ ਜਾਂ ਫਿਰ ਆਪਸ਼ਨ ਦੇ ਸਕਦੇ ਨੇ ਬੁੱਕਸ ਦਾ ਕਿ ਇਹਨਾਂ ਵਿੱਚ ਨਰਿੰਦਰ ਮੋਦੀ ਜੀ ਦੁਆਰਾ ਕਿਹੜੀ ਬੁੱਕ ਲਿਖੀ ਗਈ ਹੈ ਠੀਕ ਹੈ ਤਾਂ ਇਹ ਕੀਤੀ ਗਈ ਹੈ ਜੀ ਅਸਾਮ ਚ ਠੀਕ ਹੈ ਅਸਾਮ ਚ ਇਹਨਾਂ ਦੀ ਲਾਂਚ ਕੀਤੀ ਗਈ ਹੈ ਇਹ ਨੈਕਸਟ ਕੁਐਸਚਨ ਦੇਖਦਾ ਕੁਐਸਚਨ ਨੰਬਰ 34 ਹਾਲ ਹੀ ਦੇ ਵਿੱਚ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਜੋਰਜੀ ਗੁਖਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ ਠੀਕ ਹੈ ਕਿਹੜੀ ਕੰਟਰੀ ਹੈ ਜਿਨ੍ਹਾਂ ਦੇ ਪ੍ਰਾਈਮ ਮਿਨਿਸਟਰ ਜੋਰਜੀ ਗੁਖਾਰੀਆਂ ਨੇ ਰਿਜ਼ਾਈਨ ਕਰਤਾ ਤਾਂ ਉਹ ਕੀਤਾ ਹੈ ਜੀ 조ਰਜੀਆ ਦੇਸ਼ ਤੇ ਠੀਕ ਹੈ 조ਰਜੀਆ ਦੇਸ਼ ਦੇ ਪ੍ਰਧਾਨ ਮੰਤਰੀ ਜੋਰਜੀਆ ਗੁਖਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ 35 ਕੁਐਸਚਨ ਨੰਬਰ 35 ਹੈ ਕਿ ਕਿਸ ਨੂੰ ਦਾਦਾ ਸਾਹਿਬ ਫਾਲਕੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ 2021 ਦੇ ਵਿੱਚ ਬਹੁਪੱਖੀ ਅਦਾਕਾਰ ਵਜੋਂ ਚੁਣਿਆ ਗਿਆ ਹੈ ਠੀਕ ਹੈ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਕਿ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ 2021 ਦੇ ਵਿੱਚ ਕਿਹੜੇ ਐਕਟਰ ਨੂੰ ਬਹੁਪੱਖੀ ਅਦਾਕਾਰ ਵਜੋਂ ਚੁਣਿਆ ਗਿਆ ਹੈ ਤਾਂ ਉਹ ਚੁਣਿਆ ਗਿਆ ਹੈ ਜੀ ਕੇ ਕੇ ਮੈਨਨ ਨੂੰ ਠੀਕ ਹੈ ਕੇ ਕੇ ਮੈਨਨ ਜਿਹੜੇ ਨੇ ਇੰਡੀਅਨ ਐਕਟਰ ਨੇ ਪੂਰਾ ਨਾਮ ਇਹਨਾਂ ਦਾ ਕ੍ਰਿਸ਼ਨਾ ਕੁਮਾਰ ਮੈਨਨ ਹੈ ਠੀਕ ਹੈ ਤਾਂ ਇਹਨਾਂ ਨੂੰ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਲਈ ਐਜ਼ ਅ ਬਹੁਪੱਖੀ ਅਦਾਕਾਰ ਚੁਣਿਆ ਗਿਆ ਹੈ ਠੀਕ ਹੈ ਬਹੁਪੱਖੀ ਅਦਾਕਾਰ ਵਜੋਂ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਸਾਰੇ ਹੀ ਕੁਐਸਚਨ ਇੰਪੋਰਟੈਂਟ ਨੇ ਇਸ ਕਰਕੇ ਸਾਰੇ ਹੀ ਧਿਆਨ ਨਾਲ ਕਵਰ ਕਰਨੇ ਨੇ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 36 30 ਮਿਲੀਅਨ ਤੋਂ ਵੱਧ ਕੋਵਿਡ-19 ਟੈਸਟਾਂ ਨੂੰ ਪੂਰਾ ਕਰਨ ਵਾਲਾ ਪਹਿਲਾ ਰਾਜ ਕਿਹੜਾ ਹੈ ਫਰਸਟ ਸਟੇਟ ਦੱਸਣਾ ਹੈ ਠੀਕ ਹੈ ਜਿਨੇ ਕੇ 30 ਮਿਲੀਅਨ ਕੋਵਿਡ ਟੈਸਟ ਕੰਪਲੀਟ ਕਰਤੇ ਤਾਂ ਉਹ ਹੈਗਾ ਜੀ ਆਪਣਾ ਉੱਤਰ ਪ੍ਰਦੇਸ਼ ਠੀਕ ਹੈ ਉੱਤਰ ਪ੍ਰਦੇਸ਼ ਜਿਹੜੀ ਸਟੇਟ ਹੈ ਉਸਨੇ 30 ਮਿਲੀਅਨ ਤੋਂ ਵੱਧ ਕੋਵਿਡ ਟੈਸਟ ਨੂੰ ਪੂਰਾ ਕਰਨ ਵਾਲਾ ਪਹਿਲਾ ਰਾਜ ਬਣ ਚੁੱਕਿਆ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਕਰੰਟ ਦਾ ਕੁਐਸਚਨ ਹੈ ਠੀਕ ਹੈ ਬਿਲਕੁਲ ਤੁਸੀਂ ਧਿਆਨ ਨਾਲ ਦੇਖਣਾ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 37 ਕੁਐਸਚਨ ਨੰਬਰ 37 ਹੈ AI ਨਿਊਜ਼ ਦਾ ਮੁੱਖ ਡਾਇਰੈਕਟਰ ਜਨਰਲ ਕੌਣ ਹੈ ਠੀਕ ਹੈ ਆਈਆਰ ਨਿਊਜ਼ ਦਾ ਮੁਖ ਡਾਇਰੈਕਟਰ ਜਨਰਲ ਕੌਣ ਬਣਿਆ ਹੈ ਇਹ ਪੁੱਛਿਆ ਗਿਆ ਹੈ ਤਾਂ ਸਭ ਤੋਂ ਪਹਿਲਾਂ ਗੱਲ ਪਹਿਲਾਂ ਗੱਲ ਕਰੀਏ ਆਈਆਰ ਨਿਊਜ਼ ਕੀ ਹੈ ਆਈਆਰ ਦੀ ਫੁੱਲ ਨੇਮ ਹੈ 올 ਇੰਡੀਆ ਰੇਡੀਓ ਨਿਊਜ਼ ਠੀਕ ਹੈ 올 ਇੰਡੀਆ ਰੇਡੀਓ ਦਾ ਨਵਾਂ ਮੁਖ ਡਾਇਰੈਕਟਰ ਜਨਰਲ ਬਣਿਆ ਹੈ ਤਾਂ ਉਹ ਪੁੱਛਿਆ ਵੀ ਉਹ ਕੌਣ ਬਣਿਆ ਉਹ ਬਣਿਆ ਜੀ ਆਪਣਾ ਐਨ ਵੈਨੂਕਰ ਵੈਨੂਦਰ ਰੈਡੀ ਠੀਕ ਹੈ ਐਨ ਵੈਨੂਦਰ ਰੈਡੀ ਜਿਹੜੇ ਨੇ ਉਹ ਮੁਖ ਡਾਇਰੈਕਟਰ ਜਨਰਲ ਬਣੇ ਨੇ ਆਈਆਰ ਨਿਊਜ਼ ਦੇ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 38 ਕਿਹੜੇ ਰਾਜ ਨੇ ਹਾਲ ਹੀ ਦੇ ਵਿੱਚ ਟਾਟਾ ਗਰੁੱਪ ਦੇ ਸਹਿਯੋਗ ਨਾਲ ਇੰਡੀਅਨ ਇੰਸਟੀਚਿਊਟ ਆਫ ਸਕਿਲਸ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਠੀਕ ਹੈ ਕਿਹੜਾ ਸਟੇਟ ਹੈ ਜਿਨ੍ਹਾਂ ਨੇ ਕਿ ਟਾਟਾ ਗਰੁੱਪ ਜਿਹੜੀ ਕੰਪਨੀਆਂ ਉਹਨਾਂ ਦੀ ਸਹਿਯੋਗ ਨਾਲ ਇੰਡੀਅਨ ਇੰਸਟੀਚਿਊਟ ਆਫ ਸਕਿਲਸ ਠੀਕ ਹੈ ਸਕਿਲਸ ਦੇ ਲਈ ਇੱਕ ਇੰਸਟੀਚਿਊਟ ਖੋਲ੍ਹਿਆ ਗਿਆ ਸਥਾਪਿਤ ਕੀਤਾ ਗਿਆ ਉਹਦਾ ਐਲਾਨ ਕੀਤਾ ਹੈ ਕਿਹੜੇ ਰਾਜ ਨੇ ਕਿਹੜੇ ਰਾਜ ਨੇ ਉਹਨਾਂ ਦੇ ਨਾਲ ਕਰਿਆ ਠੀਕ ਹੈ ਇਹ ਕੰਮ ਤਾਂ ਆਪਸ਼ਨ ਦਿੱਤੇ ਹੋਏ ਨੇ ਗੁਜਰਾਤ 오ਡੀਸ਼ਾ ਰਾਜਸਥਾਨ ਠੀਕ ਹੈ 38 ਦਾ ਤੇ ਡੀ ਆਪਸ਼ਨ ਹੈ ਕੋਈ ਨਹੀਂ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ 오ਡੀਸ਼ਾ ਠੀਕ ਹੈ 오ਡੀਸ਼ਾ ਨੇ ਇਹਦੇ ਵਿੱਚ ਉਹਨਾਂ ਦਾ ਸਹਿਯੋਗ ਸਹਿਯੋਗ ਦੇ ਨਾਲ ਉਹਨਾਂ ਨੇ ਸਕਿੱਲਸ ਦੀ ਜਿਹੜੀ ਆਪਣੀ ਹਾ ਇੰਸਟੀਚਿਊਟ ਹੈ ਉਹਨੂੰ ਸਥਾਪਿਤ ਕੀਤਾ ਹੈ ਠੀਕ ਹੈ 오ਡੀਸ਼ਾ 오ਡੀਸ਼ਾ ਦੀ ਜਿਹੜੀ ਹੈ ਰਾਜਧਾਨੀ ਉਹ ਹੈਗੀ ਹੈ ਜੀ ਆਪਣੀ ਭੁਨੇਸ਼ਵਰ ਤੇ ਇਹਨਾਂ ਦੇ ਸੀਐਮ ਹੈਗੇ ਨੇ ਨਵੀਨ ਪਟਨਾਇਕ ਠੀਕ ਹੈ ਨਵੀਨ ਪਟਨਾਇਕ ਇਸ ਟਾਈਮ ਇਹਨਾਂ ਦੇ ਸੀਐਮ ਨੇ ਚੀਫ ਮਨਿਸਟਰ ਤਾਂ ਇਹਦਾ ਰਾਈਟ ਆਨਸਰ ਆਊਗਾ 오ਡੀਸ਼ਾ 오ਡੀਸ਼ਾ ਨੇ ਟਾਟਾ ਗਰੁੱਪ ਦੇ ਸਹਿਯੋਗ ਨਾਲ ਇੰਸਟੀਚਿਊਟ ਜਿਹੜਾ ਕਿ ਸਕਿੱਲਸ ਦਾ ਹੈ ਉਹਨੂੰ ਸਥਾਪਿਤ ਕੀਤਾ ਹੈ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਆ ਕੁਐਸਚਨ ਨੰਬਰ 39 ਕੋਲਕਾਤਾ ਇੰਟਰਨੈਸ਼ਨਲ ਬੁੱਕ ਫੇਅਰ ਦਾ ਕਿਹੜਾ ਸੰਸਕਰਨ ਹਾਲ ਹੀ ਦੇ ਵਿੱਚ ਆਯੋਜਿਤ ਕੀਤਾ ਜਾਵੇਗਾ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਕੁਐਸਚਨ ਹੈ ਕੋਲਕਾਤਾ ਇੰਟਰਨੈਸ਼ਨਲ ਬੁੱਕ ਫੇਅਰ ਕਿਹੜਾ ਸੰਸਕਰਨ ਹਾਲ ਹੀ ਦੇ ਵਿੱਚ ਆਯੋਜਿਤ ਕੀਤਾ ਜਾਵੇਗਾ ਠੀਕ ਹੈ ਤਾਂ ਇਹ ਕੀਤਾ ਜਾਵੇਗਾ ਜੀ 45ਵਾਂ ਠੀਕ ਹੈ 45ਵਾਂ ਕੀਤਾ ਜਾਵੇਗਾ ਕਦੋਂ ਕੀਤਾ ਜਾਵੇਗਾ ਇਹ ਕੀਤਾ ਜਾ ਰਿਹਾ 30 31 ਜਨਵਰੀ ਨੂੰ ਠੀਕ ਹੈ ਜਿਹੜਾ ਕੁਐਸਚਨ ਹੈ ਉਹ ਪੁੱਛਿਆ ਗਿਆ ਕਿ ਕੋਲਕਾਤਾ ਇੰਟਰਨੈਸ਼ਨਲ ਬੁੱਕ ਫੇਅਰ ਦਾ ਕਿਹੜਾ ਸੰਸਕਰਣ ਹਾਲ ਹੀ ਦੇ ਵਿੱਚ ਆਯੋਜਿਤ ਕੀਤਾ ਜਾਵੇਗਾ ਇਹ ਕੀਤਾ ਜਾਵੇਗਾ 45ਵਾਂ ਠੀਕ ਹੈ অপਸ਼ਨ ਨੰਬਰ ਸੀ ਰਾਈਟ ਹੈ ਤੇ ਕਦੋਂ ਕੀਤਾ ਜਾ ਰਿਹਾ ਹੈ ਇਹ ਕੀਤਾ ਜਾ ਰਿਹਾ ਹੈ 31 ਜਨਵਰੀ ਨੂੰ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ 31 ਜਨਵਰੀ 2022 ਨੂੰ ਇਸ ਦਾ 45ਵਾਂ ਸੰਸਕਰਣ ਜਿਹੜਾ ਹੈ ਆਯੋਜਿਤ ਕੀਤਾ ਜਾ ਰਿਹਾ ਹੈ ਨੈਕਸਟ ਕੁਐਸਚਨ ਦੇਖਦਾ ਹਾਂ ਕੁਐਸਚਨ ਨੰਬਰ 40 ਹਾਲ ਹੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਕ੍ਰਿਸਟੋਫਰ ਪਲੂਮਰ ਮਸ਼ਹੂਰ ਸਨ ਠੀਕ ਹੈ ਕ੍ਰਿਸਟੋਫਰ ਪਲੂਮਰਿਕ ਨਾਮ ਹੈ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹਦਾ ਪੁੱਛ ਰਹੇ ਨੇ ਵੀ ਉਹ ਵੀ ਕੌਣ ਸੀ ਤੇ ਕਿਹੜੀ ਚੀਜ਼ ਦੇ ਲਈ ਮਸ਼ਹੂਰ ਸਨ ਠੀਕ ਹੈ ਗਾਇਕ ਸਨ ਅਦਾਕਾਰ ਸਨ ਜਾਂ ਪੱਤਰਕਾਰ ਸਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਅਦਾਕਾਰ ਠੀਕ ਹੈ ਅਦਾਕਾਰ ਸਨ ਕ੍ਰਿਸਟੋਫਰ ਪਲੂਮਰ ਜਿਹੜੇ ਕਿ ਕੈਨੇਡਾ ਦੇ ਸੀਗੇ ਠੀਕ ਹੈ ਕੈਨੇਡੀਅਨ ਐਕਟਰ ਸੀਗੇ ਕ੍ਰਿਸਟੋਫਰ ਪਲੂਮਰ ਠੀਕ ਹੈ ਆਪਸ਼ਨ ਨੰਬਰ ਬੀ ਸੌਰੀ ਮੈਂ ਸੀ ਲਗਾਤਾ ਆਪਸ਼ਨ ਨੰਬਰ ਬੀ ਜਿਹੜਾ ਰਾਈਟ ਆਨਸਰ ਹੈ ਅਦਾਕਾਰ ਕੈਨੇਡੀਅਨ ਅਦਾਕਾਰ ਸਨ ਕ੍ਰਿਸਟੋਫਰ ਪਲੂਮਰ ਠੀਕ ਹੈ ਜਿਨ੍ਹਾਂ ਦੀ ਹਾਲ ਹੀ ਦੇ ਵਿੱਚ ਡੈਥ ਹੋ ਚੁੱਕੀ ਹੈ ਨੈਕਸਟ ਕੁਐਸਚਨ ਦੇ ਦਿਆਂ ਕੁਐਸਚਨ ਨੰਬਰ 41 ਕਿਸ ਰਾਜ ਸਰਕਾਰ ਨੇ ਮੁੱਖ ਮੰਤਰੀ ਵਿਗਿਆਨ ਪ੍ਰਤਿਭਾ ਪ੍ਰੀਖਿਆ ਨੂੰ ਪ੍ਰਵਾਨਗੀ ਦਿੱਤੀ ਹੈ ਠੀਕ ਹੈ ਇੱਕ ਸਕੀਮ ਹੈ ਚੀਫ ਮਿਨਿਸਟਰ ਸਾਇੰਸ ਟੈਲੈਂਟ ਐਗਜ਼ਾਮੀਨੇਸ਼ਨ ਸਕੀਮ ਉਸ ਨੂੰ ਪ੍ਰਵਾਨਗੀ ਅਪਰੂਵਲ ਕਿਹੜੀ ਗਵਰਨਮੈਂਟ ਨੇ ਦਿੱਤੀ ਹੈ ਕਿਹੜੀ ਸਟੇਟ ਗਵਰਨਮੈਂਟ ਨੇ ਉਹ ਦਿੱਤੀ ਹੈ ਜੀ ਆਪਣੀ ਦਿੱਲੀ ਗਵਰਨਮੈਂਟ ਨੇ ਠੀਕ ਹੈ ਦਿੱਲੀ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਹੈ ਤੇ ਕਦੋਂ ਲਾਂਚ ਕੀਤੀ ਗਈ ਸੀ ਇਹ ਸਕੀਮ ਇਹ ਲਾਂਚ ਕੀਤੀ ਗਈ ਸੀ 6 ਫਰਵਰੀ 2021 ਨੂੰ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਦਿੱਲੀ ਠੀਕ ਹੈ ਦਿੱਲੀ ਗਵਰਨਮੈਂਟ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਹੈ 6 ਫਰਵਰੀ 2021 ਨੂੰ ਇਹ ਲਾਂਚ ਕੀਤੀ ਗਈ ਸੀਗੀ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਇਹ ਨੈਕਸਟ ਕੁਸ਼ਚਨ ਦੇਖਦੇ ਹਾਂ ਕੁਸ਼ਚਨ ਨੰਬਰ 42 ਬਿਊਟੀਫੁਲ ਥਿੰਗਸ ਨਾ ਦੇ ਕਿਹਸਾਬ ਕਿਤਾਬ ਕਿਸ ਨੇ ਲਿਖੀ ਹੈ ਬੁੱਕ ਹੈ ਇੱਕ ਬਿਊਟੀਫੁਲ ਥਿੰਗਸ ਵਿੱਚ ਬਿਊਟੀਫੁਲ ਥਿੰਗਸ ਠੀਕ ਹੈ ਬੁੱਕ ਹੈ ਇਹ ਕਿਹਦੇ ਦੁਆਰਾ ਲਿਖੀ ਗਈ ਹੈ ਇਹ ਪੁੱਛਿਆ ਗਿਆ ਹੈ অপਸ਼ਨਸ ਦਿੱਤੀਆਂ ਹੋਈਆਂ ਨੇ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਰਾਈਟ অপਸ਼ਨ ਹੈ ਉਹ ਹੈਗਾ ਹੰਟਰ ਬਿਡੇਨ ਠੀਕ ਹੈ ਹੰਟਰ ਬਿਡੇਨ ਦੇ ਦੁਆਰਾ ਇਹ ਬੁੱਕ ਲਿਖੀ ਗਈ ਹੈ ਹਾਲ ਹੀ ਦੇ ਵਿੱਚ ਜਿਹੜੀ ਕਿ ਬਹੁਤ ਚਰਚਾ ਦੇ ਵਿੱਚ ਰਹੀ ਠੀਕ ਹੈ ਤਾਂ ਇਹਦੇ ਵਿੱਚ ਜਿਹੜੇ ਆ ਰਾਈਟਰ ਨੇ ਰੋਬਰਟ ਹੰਟਰ ਬਿਡੇਨ ਇਹ ਰਹਿਣ ਵਾਲੇ ਨੇ ਅਮਰੀਕਾ ਦੇ ਠੀਕ ਹੈ ਅਮਰੀਕਾ ਦੇ ਰਹਿਣ ਵਾਲੇ ਨੇ ਰਾਈਟਰ ਹੰਟਰ ਬਿਡੇਨ ਜਿਨ੍ਹਾਂ ਨੇ ਇਹ ਬੁੱਕ ਲਿਖੀ ਹੈ ਨੈਕਸਟ ਕੁਐਸਚਨ ਇਹਦਾ ਕੁਐਸਚਨ ਨੰਬਰ 43 ਕਿਸ ਦੇਸ਼ ਨੇ ਰਾਸ਼ਟਰਵਾਦੀ ਸਮੂਹ ਪ੍ਰਾਉਡ ਬॉयਜ਼ ਨੂੰ ਅੱਤਵਾਦੀ ਸਮੂਹ ਘੋਸ਼ਿਤ ਕੀਤਾ ਹੈ ਠੀਕ ਹੈ ਕਿਹੜੀ ਕਿਹੜਾ ਕੰਟਰੀ ਹੈ ਜਿਨ੍ਹਾਂ ਨੇ ਕਿ ਪ੍ਰਾਉਡ ਬॉयਜ਼ ਨੂੰ ਅੱਤਵਾਦੀ ਸਮੂਹ ਘੋਸ਼ਿਤ ਕਰ ਦਿੱਤਾ ਹੈ ਬੰਗਲਾਦੇਸ਼ ਕੈਨੇਡਾ ਅਫਗਾਨਿਸਤਾਨ ਜਾਂ ਕੋਈ ਨਹੀਂ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਕੈਨੇਡਾ ਠੀਕ ਹੈ ਕੈਨੇਡਾ ਦੇ ਦੁਆਰਾ ਇਸ ਨੂੰ ਅੱਤਵਾਦੀ ਸਮੂਹ ਘੋਸ਼ਿਤ ਕੀਤਾ ਗਿਆ ਹੈ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ 44 ਅਸੋਮ ਮਾਲਾ ਪ੍ਰੋਜੈਕਟ ਕਿਸ ਨੇ ਲਾਂਚ ਕੀਤਾ ਹੈ ਨਾਮ ਹੈ ਪ੍ਰੋਜੈਕਟ ਦਾ ਅਸੋਮ ਮਾਲਾ ਕਿਸ ਨੇ ਲਾਂਚ ਕੀਤਾ ਹੈ ਆਪਸ਼ਨ ਚ ਹੈ ਨਿਤਿਨ ਗਡਕਰੀ ਨਰਿੰਦਰ ਮੋਦੀ ਪਿਊਸ਼ ਗੋਹਿਲ ਤਾਂ ਇਹ ਲਾਂਚ ਕੀਤਾ ਹੈ ਜੀ ਨਰਿੰਦਰ ਮੋਦੀ ਨੇ ਠੀਕ ਹੈ ਨਰਿੰਦਰ ਮੋਦੀ ਨੇ ਇਹ ਪ੍ਰੋਜੈਕਟ ਲਾਂਚ ਕੀਤਾ ਹੈ ਅਸੋਮ ਮਾਲਾ ਇਹ ਕਿੱਥੇ ਕੀਤਾ ਹੈ ਇਹ ਕੀਤਾ ਜੀ ਅਸਾਮ ਦੇ ਵਿੱਚ ਠੀਕ ਹੈ ਅਸਾਮ ਦੇ ਵਿੱਚ ਇਸ ਨੂੰ ਲਾਂਚ ਕੀਤਾ ਗਿਆ ਹੈ ਤਾਂ ਇਹ ਕਾਦੇ ਲਈ ਹੈ ਪ੍ਰੋਜੈਕਟ ਇਹ ਹੈਗਾ ਜੀ ਰੋਡ ਕਨੈਕਟੀਵਿਟੀ ਜਿਹੜੇ ਆਪਣੇ ਰੋਡਸ ਤੇ ਪ੍ਰੋਜੈਕਟ ਹੈ ਇਹ ਰੋਡ ਦਾ ਠੀਕ ਹੈ ਉਹਦੀ ਮੈਨੂਫੈਕਚਰਿੰਗ ਉਹਦਾ ਠੀਕ ਠਾਕ ਕਰਨਾ ਉਹਨੂੰ ਸਾਰੀ ਤੇ ਰੋਡਸ ਕਨੈਕਟੀਵਿਟੀ ਦੇ ਲਈ ਇਹ ਪ੍ਰੋਜੈਕਟ ਡਾ ਲਾਂਚ ਕੀਤਾ ਗਿਆ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ 45 ਕੁਐਸਚਨ ਨੰਬਰ 45 ਹੈ ਹਾਲ ਹੀ ਦੇ ਵਿੱਚ ਨੀਤੀ ਆਯੋਗ ਦੁਆਰਾ ਜਾਰੀ ਕੀਤੀ ਗਈ ਆਸ਼ਾਵਾਦੀ ਜ਼ਿਲ੍ਹਿਆਂ ਦੀ ਸੂਚੀ ਵਿੱਚ ਕਿਹੜਾ ਜ਼ਿਲ੍ਹਾ ਸਿਖਰ ਤੇ ਹੈ ਕਵੈਸਚਨ ਦਾ ਮਤਲਬ ਹੈ ਕਿ ਨੀਤੀ ਆਯੋਗ ਦੁਆਰਾ ਇੱਕ ਸੂਚੀ ਜਾਰੀ ਕੀਤੀ ਗਈ ਹੈ ਠੀਕ ਹੈ ਜਿਦੇ ਵਿੱਚ ਕੀ ਡਿਸਟ੍ਰਿਕਟ ਦੀ ਹੈ ਕਿਹੜੇ ਡਿਸਟ੍ਰਿਕਟ ਆਸ਼ਾਵਾਦੀ ਐਸਪੀਰੇਸ਼ਨਲ ਡਿਸਟ੍ਰਿਕਟਸ ਦੀ ਇੱਕ ਸੂਚੀ ਦਿੱਤੀ ਗਈ ਹੈ ਠੀਕ ਹੈ ਨੀਤੀ ਆਯੋਗ ਦੁਆਰਾ ਉਹਦੇ ਵਿੱਚ ਪੁੱਛਿਆ ਹੈ ਕਿ ਕਿਹੜਾ ਡਿਸਟ੍ਰਿਕਟ ਹੈ ਜਿਹੜਾ ਕਿ ਸਿਖਰ ਤੇ ਹੈ ਮਤਲਬ ਫਸਟ ਨੰਬਰ ਤੇ ਕਿਹੜਾ ਡਿਸਟ੍ਰਿਕਟ ਹੈ ਜਿਹੜਾ ਐਸਪੀਰੇਸ਼ਨਲ ਜ਼ਿਲ੍ਹਿਆਂ ਦੇ ਵਿੱਚ ਆਉਂਦਾ ਹੈ ਤਾਂ ਉਹ ਹੈਗਾ ਜੀ ਆਪਣਾ ਸ਼ਰਾਵਸਤੀ ਜ਼ਿਲ੍ਹਾ ਠੀਕ ਹੈ ਕਿੱਥੇ ਹੈ ਇਹ ਹੈਗਾ ਆਪਣਾ ਯੂਪੀ ਚ ਉੱਤਰ ਪ੍ਰਦੇਸ਼ ਦਾ ਜਿਹੜਾ ਸ਼ਾਵਸਤੀ ਜ਼ਿਲ੍ਹਾ ਹੈ ਉਹ ਆਸ਼ਾਵਾਦੀ ਜ਼ਿਲ੍ਹਿਆਂ ਦੀ ਸੂਚੀ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੈ ਜਿਹੜੀ ਕਿ ਨੀਤੀ ਆਯੋਗ ਦੇ ਦੁਆਰਾ ਜਾਰੀ ਕੀਤੀ ਗਈ ਹੈ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ ਨੈਕਸਟ ਕੁਸ਼ਚਨ ਦੇਖਦੇ ਹਾਂ ਕੁਸ਼ਚਨ ਨੰਬਰ 46 ਹਾਲ ਹੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਿਸਲੀ ਟਾਈਸਨ ਇੱਕ ਮਸ਼ਹੂਰ ਸੀ ਕੌਣ ਸਨ ਸਿਸਲੀ ਟਾਈਸਨ ਠੀਕ ਹੈ ਲੇਖਕ ਸਨ ਅਭਿਨੇਤਰੀ ਸਨ ਗਾਇਕ ਸਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਜੀ ਐਕਟਰੈਸ ਸਨ ਠੀਕ ਹੈ અભਿਨੇਤਰੀ ਸਨ ਕਿੱਥੇ ਦੇ ਸਨ ਇਹ ਨਿਊਯਾਰਕ ਦੇ ਸਨ ਸਿਸਲੀ ਟਾਈਸਨ ਜਿਨ੍ਹਾਂ ਦੇ ਕੀ ਹਾਲ ਦੇ ਹਾਲ ਹੀ ਦੀ ਘੜੀ ਦੇ ਵਿੱਚ ਪਿੱਛੇ ਜੇ ਅਕਾਲ ਚਲਾਣਾ ਹੋ ਗਿਆ ਡੈਥ ਹੋ ਚੁੱਕਿਆ ਉਹਨਾਂ ਦੀ ਤਾਂ ਇੱਕ ਵਧੀਆ ਐਕਟਰੈਸ ਸਨ ਠੀਕ ਹੈ ਤਾਂ ਨੈਕਸਟ ਕੁਐਸਚਨ ਦੇ ਇਹਦਾ ਕੁਐਸਚਨ ਨੰਬਰ 47 ਕਿਸ ਦੀ ਸਵੈ ਜੀਵਨੀ ਬਾਏ ਮੈਨੀ ਅ ਹੈਪੀ ਐਕਸੀਡੈਂਟ ਹਾਲ ਹੀ ਦੇ ਵਿੱਚ ਲਾਂਚ ਕੀਤੀ ਹੈ ਆਟੋ ਬਾਇਓਗ੍ਰਾਫੀ ਹੈ ਕੀਨਾਂ ਦੁਆਰਾ ਲਿਖੀ ਗਈ ਹੈ ਆਟੋ ਬਾਇਓਗ੍ਰਾਫੀ ਦਾ ਨਾਮ ਹੈ ਬਾਈ ਮੈਨੀ ਅ ਹੈਪੀ ਐਕਸੀਡੈਂਟ ਠੀਕ ਹੈ ਉਹ ਲਾਂਚ ਕੀਤੀ ਗਈ ਹੈ ਤਾਂ ਇਹ ਲਿਖੀ ਗਈ ਹੈ ਜੀ ਹਾਮਿਦ ਅंसारी ਦੇ ਦੁਆਰਾ ਠੀਕ ਹੈ ਹਾਮਿਦ ਅंसारी ਦੇ ਇੰਦੀ ਸਵੈ ਜੀਵਨੀ ਹੈ ਇਹ ਬਾਈ ਮੈਨੀ ਅ ਹੈਪੀ ਐਕਸੀਡੈਂਟ ਠੀਕ ਹੈ ਉਹਨਾਂ ਦੁਆਰਾ ਇਹ ਲਾਂਚ ਕੀਤੀ ਗਈ ਹੈ ਜੇਕਰ ਗੱਲ ਕਰੀਏ ਆਪਾਂ ਅੱਗੇ ਕਿ ਇਹ ਹੈ ਕੌਣ ਨੇ ਹਾਮਿਦ ਅंसारी ਇਹ ਆਪਣੇ ਪਹਿਲਾ ਰਹਿ ਚੁਕੇ ਵਾਈਸ ਪ੍ਰੈਜ਼ੀਡੈਂਟ ਨੇ ਠੀਕ ਹੈ ਉਹਨਾਂ ਦੀ ਬਾਇਓਗ੍ਰਾਫੀ ਹੈ ਇਹ ਆਪਾਂ ਨੂੰ ਬੁੱਕ ਦਾ ਨੇਮ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਇਹ ਸਵੈ ਜਵਨੀ ਕਿਨਾਂ ਦੀ ਹੈ ਜਾਂ ਨਾਮ ਦੇ ਕੇ ਇਹਨਾਂ ਦਾ ਹਾਮਿਦ ਅंसारी ਆਪਸ਼ਨਸ ਬੁੱਕਸ ਤੇ ਪੁੱਛਿਆ ਜਾ ਸਕਦਾ ਹੈ ਕਿ ਇਹ ਬੁੱਕ ਇਹਨਾਂ ਚੋਂ ਕਿਹੜੀ ਬੁੱਕ ਉਹਨਾਂ ਦੁਆਰਾ ਲਿਖੀ ਹੈ ਤਾਂ ਇਹ ਕੁਐਸਚਨ ਵੈਰੀ ਇੰਪੋਰਟੈਂਟ ਹੈ ਠੀਕ ਹੈ ਲੈਂਗੁਏਜ ਘੁਮਾ ਸਕਦੇ ਨੇ ਮੀਨਿੰਗ ਉਹੀ ਰਹੇਗਾ ਕੁਐਸਚਨ ਦਾ ਤਾਂ ਇਹਦਾ ਜਿਹੜਾ ਰਾਈਟ ਆਪਸ਼ਨ ਹੈ ਬੀ ਹੈ ਠੀਕ ਹੈ ਸੈ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ 48 ਪਹਿਲੀ ਏਸ਼ੀਅਨ ਆਨਲਾਈਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਵਿੱਚ ਕਿਹੜੇ ਦੇਸ਼ ਨੇ ਸਭ ਤੋਂ ਵੱਧ ਤਗਮੇ ਜਿੱਤੇ ਠੀਕ ਹੈ ਪੁੱਛਿਆ ਗਿਆ ਕਿ ਪਹਿਲੀ ਏਸ਼ੀਅਨ ਆਨਲਾਈਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਵਿੱਚ ਕਿਹੜਾ ਦੇਸ਼ ਹੈ ਜਿਸ ਨੇ ਕਿ ਸਭ ਤੋਂ ਵੱਧ ਤਗਮੇ ਜਿੱਤੇ ਤਾਂ ਇਹ ਜਿੱਤੇ ਜੀ ਭਾਰਤ ਨੇ ਠੀਕ ਹੈ ਭਾਰਤ ਨੇ ਸਭ ਤੋਂ ਵੱਧ ਤਗਮੇ ਜਿੱਤੇ ਨੇ ਆਨਲਾਈਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਵਿੱਚ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਨੈਕਸਟ ਕੁਐਸਚਨ ਦੇ ਦਿਆਂ ਕੁਐਸਚਨ ਨੰਬਰ 49 हाल ही ਦੇ ਵਿੱਚ Facebook ਨੇ ਉਸ ਦੇ ਮੁੱਖ ਪਾਲਣਾ ਅਧਿਕਾਰੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਹੈ ਇਹ ਵੀ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ Facebook ਨੇ ਆਪਣੇ ਇੱਕ ਮੁੱਖ ਪਾਲਣਾ ਅਧਿਕਾਰੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਹੈ ਠੀਕ ਹੈ অপਸ਼ਨ ਦੇ ਵਿੱਚ ਨੇ ਸ਼ੈਰਲ ਸੈਂਡਬਰਗ ਹੈਨਰੀ ਮੋਨਿਸ ਜਾਂ ਪੈਗੀ ਐਲਫੋਰਡ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਹੈਗੇ ਨੇ ਜੀ ਆਪਣੇ ਹੈਨਰੀ ਮੋਨਿਸ ਠੀਕ ਹੈ ਹੈਨਰੀ ਮੋਨਿਸ ਨੇ ਜਿਹੜੇ ਉਹਨਾਂ ਨੂੰ ਆਪਣਾ ਇਹ ਮੁੱਖ ਅਧਿਕਾਰੀ ਮੁੱਖ ਪਾਲਣਾ ਅਧਿਕਾਰੀ ਵਜੋਂ ਚੁਣਿਆ ਗਿਆ ਹੈ ਠੀਕ ਹੈ ਤਾਂ ਜਿਹੜੇ ਹੈਗੇ ਨੇ ਇਹਨਾਂ ਨੂੰ ਫਰਸਟ ਚੀਫ ਕੰਪਲਾਈਅன்ஸ் ਆਫੀਸਰ ਵਜੋਂ ਚੁਣਿਆ ਗਿਆ ਹੈ ਠੀਕ ਹੈ ਮੁੱਖ ਪਾਲਣਾ ਅਧਿਕਾਰੀ ਵਜੋਂ ਫੇਸਬੁੱਕ ਨੇ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 50 ਦ ਲिटल ਬੁੱਕ ਆਫ ਇਨਕ੍ਰੀਜ਼ਮੈਂਟ ਨਾਂ ਦੀ ਕਿਹੜੀ ਕਿਤਾਬ ਕਿਸ ਨੇ ਲਿਖੀ ਹੈ ਬੁੱਕ ਦਾ ਨੇਮ ਹੈ ਦ ਲिटल ਬੁੱਕ ਆਫ ਇਨਕ੍ਰੀਜ਼ਮੈਂਟ ਠੀਕ ਹੈ ਇਹ ਕਿਹਨਾਂ ਦੁਆਰਾ ਲਿਖੀ ਗਈ ਹੈ ਆਪਸ਼ਨਸ ਦੇ ਵਿੱਚ ਦਿੱਤਾ ਹੋਇਆ ਗੁਰਵਿੰਦਰ ਸਿੰਘ ਦਲਾਈ ਲਾਮਾ ਅਜੀਤ ਜੋਸ਼ੀ ਇਹਨਾਂ ਚ ਕੋਈ ਨਹੀਂ ਤਾਂ ਇਹ ਲਿਖੀ ਗਈ ਹੈ ਜੀ ਦਲਾਈ ਲਾਮਾ ਦੇ ਦੁਆਰਾ ਠੀਕ ਹੈ ਵੈਰੀ ਵੈਰੀ ਕੁਸ਼ ਇੰਪੋਰਟੈਂਟ ਕੁਸ਼ਨ ਹੈ ਇਹ ਦਲਾਈ ਲਾਮਾ ਦੇ ਦੁਆਰਾ ਇਹ ਬੁੱਕ ਲਿਖੀ ਗਈ ਹੈ ਦਲਾਈ ਲਾਮਾ ਕੌਣ ਨੇ ਇਹ ਜਿਹੜੇ ਨੇ ਆਪਣੇ ਇਧਰ ਚਾਈਨਾ ਦੇ ਰਹਿਣ ਵਾਲੇ ਨੇ ਠੀਕ ਹੈ ਜਿਹੜੇ ਇਹਨਾਂ ਨੇ ਦ ਲिटल ਬੁੱਕ ਇਨਕ੍ਰੀਜ਼ਮੈਂਟ ਲਿਖੀ ਹੈ ਇਹ ਸਾਰੀ ਜਿਹੜੀ ਹੈ ਪੀਸ ਐਂਡ ਮਾਈਂਡ ਤੇ ਹੈ ਠੀਕ ਹੈ ਸ਼ਾਂਤੀ ਹੈ ਇਹਨਾਂ ਦੀ ਜਿਹੜੀ ਟੀਚਿੰਗਸ ਹੈ ਉਹ ਪੀਸ ਔਰ ਮਾਈਂਡ ਤੇ ਹੀ ਹੁੰਦੀ ਹੈ ਤਾਂ ਇਹਨਾਂ ਦੀ ਜਿਹੜੀ ਬੁੱਕ ਹੈ ਉਹ ਵੀ ਇਹਨਾਂ ਦੀ ਟੀਚਿੰਗਸ ਤੇ ਹੀ ਹੈ ਠੀਕ ਹੈ ਤਾ ਇਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲ ਚੁਕਿਆ ਹੈ ਪੀਸ ਦੇ ਵਿੱਚ ਨੋਬਲ ਪੀਸ ਪ੍ਰਾਈਜ਼ ਮਿਲ ਚੁਕਿਆ ਹੈ ਇਹਨਾਂ ਨੂੰ ਦਲਾਈ ਲਾਮਾ ਨੂੰ ਚਾਈਨਾ ਦੇ ਰਹਿਣ ਵਾਲੇ ਨੇ ਇਹ ਤਾਂ ਇਹਨਾਂ ਦੇ ਦੁਆਰਾ ਇਹ ਬੁੱਕ ਲਿਖੀ ਗਈ ਹੈ ਦ ਲੀਟਲ ਬੁੱਕ ਆਫ ਇਨਕ੍ਰੀਜ਼ਮੈਂਟ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਨੇ ਕੁਐਸਚਨ ਕਵਰ ਕਰੇ ਨੇ 31 ਤੋਂ ਲੈ ਕੇ 50 ਕੁਐਸਚਨ ਠੀਕ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਸ ਦੇ ਵਿੱਚ ਆਪਾਂ ਨੇ 31 ਟੂ 50 ਕੁਐਸਚਨ ਕਵਰ ਕਰੇ ਨੇ ਸਾਰੇ ਹੀ ਇੰਪੋਰਟੈਂਟ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ 30 ਕਵਰ ਕਰੇ ਸੀ ਇਸੇ ਤਰ੍ਹਾਂ ਆਪਾਂ ਅੱਗੇ ਕੰਟੀਨਿਊ ਰ exam دے ਅਕੋਰਡਿੰਗ ਠੀਕ ਹੈ ਤਾਂ ਚੈਨਲ ਨੂੰ ਜੇਕਰ ਤੁਸੀਂ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰੋ باقی ਜੇਕਰ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਕਿਸੇ ਕਮੈਂਟ ਕੁਐਸਚਨ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਾ ਸਕਦੇ ਹੋ ਜਾਂ ਜੇ ਕਿਸੇ ਤਰ੍ਹਾਂ ਦਾ ਸੁਝਾਅ ਆਇਆ ਕੋਈ ਕਿ ਕੁਐਸਚਨ ਘੱਟ ਕਰਾਏ ਜਾਣ ਜਾਂ ਵਧ ਕਰਾਏ ਜਾਣ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਠੀਕ ਹੈ ਤਾਂ ਚੈਨਲ ਨੂੰ ਜਰ ਸਬਸਕ੍ਰਾਈਬ ਕਰ ਲਓ ਬਾਕੀ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਤੇ ਜੇਕਰ ਤੁਸੀਂ ਸੈੱਟ 1 ਨਹੀਂ ਦੇਖਿਆ ਜੀਕੇ ਦਾ ਜਾਂ ਕਰੰਟ ਅਫੇਅਰ ਦਾ ਤਾਂ ਤੁਸੀਂ ਜਰੂਰ ਪਲੇਲਿਸਟ ਤੇ ਜਾ ਕੇ ਦੇਖਿਓ ਪਲੇਲਿਸਟ ਚ ਸਾਰੀ ਵੀਡੀਓਜ਼ ਅਵੇਲੇਬਲ ਨੇ ਠੀਕ ਹੈ ਥੈਂਕ ਯੂ ਧੰਨਵਾਦ